ਇਹ ਪੁਰਾਣੀ ਸਰਕਾਰ ਨੇ ਜੋ ਅਨਾਉਂਸਮੈਂਟ ਕੀਤੀ ਸੀ ਤੇ ਬਾਅਦ ਚ ਮੁੱਕਰ ਗਈ ਸੀ ਇਹ ਉਹਦਾ ਫੰਕਸ਼ਨ ਹੈ ਕਿਉਂਕਿ ਉਹਨਾਂ ਨੂੰ ਲੱਗਿਆ ਸੀ ਕਿ ਵੋਟਾਂ ਦੇ ਨੇੜੇ ਜੇ ਆ ਕੇ ਜੋ ਮਰਜ਼ੀ ਬੋਲ ਦੋ ਲੋਕਾਂ ਦੇ ਉਹੀ ਯਾਦ ਰਹਿ ਜਾਂਦਾ ਹੈ ਜੇ ਹਾਰ ਗਏ ਤਾਂ ਨਵੀਂ ਸਰਕਾਰ ਦੇ ਗੱਲ ਪੈ ਜੂ ਜੇ ਜਿੱਤ ਕੇ ਤਾਂ ਕਹਦਾਂਗੇ ਉਦੋਂ ਹੋ ਗਿਆ ਜੀ ਕੋਟ ਲਾਗੂ ਹੋ ਗਿਆ ਸੀ ਜੀ ਵਿੱਚ ਹੀ ਰਹਿ ਗਿਆ ਜੀ ਇਹ ਤਾਂ ਪਰ ਅਸੀਂ ਇਹ ਕੱਢਿਆ ਕਿ ਭਾਵੇਂ ਉਹ ਹਾਰ ਗਏ ਪਰ ਲੋਕਾਂ ਦਾ ਤਾਂ ਨਹੀਂ ਕਸੂਰ ਨਾ ਲੋਕਾਂ ਦੇ ਘਰ ਤਾਂ ਟਹਿ ਗਏ ਲੋਕਾਂ ਦਾ ਨਰਮਾ ਤਾਂ ਕਪਾਹ ਤਾਂ ਬਰਬਾਦ ਹੋ ਗਈ ਨਾ 100 ਪੈਸੇ ਅਸੀਂ ਅਸੀਂ ਕਹ ਕੋਈ ਗੱਲ ਨਹੀਂ ਖਜ਼ਾਨੇ ਦੀ ਚਾਬੀ ਨਵੇਂ ਹੱਥ ਚ ਆਈ ਹੈ ਖਜ਼ਾਨਾ ਉਹੀ ਹੈ ਜਿਹੜੇ ਲੁੱਟ ਕੇ ਗਏ ਸੀ ਉਹਨਾਂ ਤੋਂ ਹੀ ਪ੍ਰਵਾ ਮੰਗੇ ਪੈਸੇ ਉਹਨਾਂ ਕੋਲ ਹੀ ਰਿਕਵਰ ਹੋਣਗੇ ਪਹਿਲਾਂ ਕਹਿੰਦੇ ਸੀ ਨਾ ਸਾਰੇ ਇਹ ਕਿ ਇੰਨੀਆਂ ਸਕੀਮਾਂ ਕਰੀ ਜਾਂਦੇ ਆ ਇੰਨੀਆਂ ਗਰੰਟੀਆਂ ਦੇਈ ਜਾਂਦੇ ਆ ਆਵਾਦੀ ਪਾਰਟੀ ਵਾਲੇ ਕੇਜਰੀਵਾਲ ਸਾਹਿਬ ਇੰਨੀਆਂ ਗਰੰਟੀਆਂ ਦੇਈ ਜਾਂਦੇ ਆ ਭਗਵੰਤ ਮਾਨ ਗਰੰਟੀ ਦੇ ਪੈਸੇ ਕਿੱਥੋਂ ਆਉਣਗੇ ਅਸੀਂ ਉਹਨਾਂ ਨੂੰ ਜਾਣ ਕੇ ਦੱਸਿਆ ਨਹੀਂ ਪੈਸੇ ਤੁਹਾਡੇ ਚ ਹੀ ਪੈਣੇ ਆ ਉਹਨਾਂ ਚੋਂ ਹੀ ਆਉਣਗੇ ਆ ਰਹੇ ਨੇ ਨਾ ਹੁਣ ਕਿੰਨੀਆਂ ਜ਼ਮੀਨਾਂ ਛੜਾਲੀਆਂ ਪੰਚਾਇਤਾਂ ਦੀਆਂ ਦੱਬੀਆਂ ਹੋਈਆਂ ਫੋਰੈਸਟ ਦੀਆਂ ਦੱਬੀਆਂ ਹੋਈਆਂ ਕਿੰਨੇ ਮੰਤਰੀ ਫੜਲੇ ਅੰਦਰ ਨੇ ਐਫਸੀਆਈ ਚ ਘਟਾਲਾ ਟੈਂਡਰਾਂ ਚ ਘਟਾਲਾ ਇਹ ਸਾਰੇ ਕੁਟਾਲਿਆਂ ਦਾ ਪੈਸਾ ਸਿੱਧਾ ਜਾਊਗਾ ਖਜ਼ਾਨੇ 'ਚ ਖਜ਼ਾਨੇ 'ਚੋਂ ਸਿੱਧਾ ਤੁਹਾਡੇ ਕੋਲੇ ਅਸੀਂ ਵਿਚਾਲੇ ਹੁਣ ਕੋਈ ਮਾਫੀਆ ਨਹੀਂ ਰੱਖਣ ਦੇਣਾ ਸੋ ਐਮਐਲਏ ਸਾਹਿਬ ਬੋਲ ਰਹੇ ਸੀ ਕਿ ਦੋ ਬਾਡਰ ਲੱਗਦੇ ਆ ਇੱਕ ਲੰਬੀ ਵਾਲਾ ਇੱਕ ਅਬੋਰ ਵਾਲਾ ਐਮਐਲਏ ਸਾਹਿਬ ਲੰਬੀ ਵਾਲੇ ਨੂੰ ਲੋਕਾਂ ਨੇ ਜਿੱਤਣ ਨਹੀਂ ਦਿੱਤਾ ਅਬੋਰ ਵਾਲਾ ਜਿੱਤਣ ਜੋਗਾ ਰਿਹਾ ਨਹੀਂ ਉਧਰ ਚਲਾ ਗਿਆ ਤੁਹਾਡੇ ਦੋਨੇ ਬਾਡਰ ਖੁੱਲ ਗਏ ਹੁਣ ਲੰਬੀ ਵਾਲਾ ਬਾਰਡਰ ਜਿਹੜਾ ਉਹ ਤਾਂ ਆਮ ਘਰਾਂ ਦੇ ਇੱਕ ਮਿਹਨਤੀ ਕਿਸਾਨ ਨੂੰ ਮਿਲ ਗਿਆ ਗੁਰਮੀਤ ਖੁੱਡੀਆਂ ਜੀ ਬੈਠੇ ਨੇ ਲੰਬੀ ਤੋਂ ਐਮਐਲਏ ਲੰਬੀ ਬੈਠੇ ਨੇ ਇਧਰ ਜਲਾਲਾਬਾਦ ਹੈ ਉਹਦੇ ਵਾਲਾ ਬਾਰਡਰ ਜਿਹੜਾ ਗੋਲਡੀ ਨੇ ਖੋਲਤਾ ਮੈਂ ਇਸ ਇਲਾਕੇ ਤੋਂ ਬਹੁਤ ਚਿਰ ਪਹਿਲਾਂ ਤੋਂ ਜਾਣੂ ਆ ਜਦੋਂ ਮੈਂ ਰਾਜਨੀਤੀ 'ਚ ਵੀ ਨਹੀਂ ਆਇਆ ਸੀ ਮੈਂ ਅਖਬਾਰ ਦੀ ਇੱਕ ਖਬਰ ਪੜ੍ਹ ਕੇ ਇੱਥੇ ਆਇਆ ਸੀ ਮੈਂ ਪੱਤਰਕਾਰ ਸਾਬ ਨੂੰ ਵੀ ਨਾਲ ਲੈ ਕੇ ਗਿਆ ਸਾਹਮਣੇ ਖੜੇ ਨੇ ਸਰਕਾਰ ਮੇਰੇ ਭਰਾ ਆਜੋ ਚੱਲੀਏ ਦੋਨਾਂ ਨਾਨਕਾ ਆਓ ਚੱਲੀਏ ਤੇ ਜਰ ਹੇਲਾ ਚੱਲੀਏ ਰੇਤੇ ਵਾਲੀ ਪੈਣੀ ਆਜੋ ਚੱਲੀਏ ਆ ਪਿੰਡਾਂ ਚ ਜਿੱਥੇ ਪਾਣੀ ਖਰਾਬ ਹੈ ਮੈਂ ਦੋ ਵਾਰੀ মিডিਅਮ ਲੈ ਕੇ ਆ ਨੈਸ਼ਨਲ মিডিਅਮ ਲੈ ਕੇ ਆਇਆ ਮੈਂ ਕਿ ਦਿਖਾਓ ਯਾਰ ਸਾਨੂੰ ਝੰਗੜ ਪੈਣੀ ਰੇਤੇ ਵਾਲੀ ਪੈਣੀ ਸਾਰੇ ਪਿੰਡਾਂ ਨੂੰ ਜਾਣਦਾ ਮੈਂ ਮੇਰੇ ਮੇਰੇ ਉਂਗਲਾਂ ਤੇ ਨੇ ਐਨੇ ਤਾਂ ਉਹਨੂੰ ਵੀ ਨਹੀਂ ਯਾਦ ਹੋਣਾ ਜਿਹੜਾ ਐਮਪੀ ਹੈ ਤੁਹਾਡਾ ਉਹਨਾਂ ਨੇ ਕੀ ਲੈਣਾ ਲੋਕਾਂ ਤੋਂ ਉਹਨਾਂ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਬੱਸਾਂ ਵਧਾਉਣੀਆਂ ਨੇ ਬਸ ਵੀ ਪੰਜ ਬੱਸਾਂ ਹੋਰ ਪੈ ਗਈਆਂ ਜਾਂ ਨਹੀਂ ਉਹਨਾਂ ਨੇ ਲੋਕਾਂ ਤੋਂ ਲੋਕਾਂ ਦੀ ਗਿਣਤੀ ਨਹੀਂ ਕਰਦੇ ਉਹ ਬੱਸਾਂ ਦੀ ਗਿਣਤੀ ਕਰਦੇ ਆ ਅਸੀਂ ਲੋਕਾਂ ਦੀ ਗਿਣਤੀ ਕਰਦੇ ਆ ਕਿ ਕਿ